तस्वीरां समाना दे सरकारी हस्पताल सीवरेज ट्रीटमेंट प्लांट अते होर विभागां दे बिजली बिल करोड़ां रुपयां दे विच बकाए खड़े होंदियां ने। हुण तां वॉर्निंग तक दे दित्ती गई है कि जेकर बिल नहीं भरिया गया तां कनैक्शन कट दिता जाएगा। दसना बनता है कि समाना पावरकॉम ने वख-वख विभागों तो 28 करोड़ रुपए लेने ने। फ्री बिजली देने तो बाद हुण विभाग सख्त हो गया है। पंजाब पावरकॉम ने पंजाब दे विच सरकारी विभागों तो जो बकाया लेना है उसनू लैके हुण चेतावनी दे दी है ते कहा है कि बिजली का बिल जो कि करोड़ों रुपया दे विच खड़ा होया है वह जल्द तो जल्द दिता जाए। समाना दे नगर कौंसल दफ्तर सीवरेज ट्रीटमेंट प्लांट अते प्राइवेट लोगों नू आदेश दिता है कि एक हफ्ते दे विच जेकर बिल नहीं भरे गए तो कनैक्शन कट दिता जाएगा। उते नगर कौंसल समाना दे कार्यकारी अधिकारी बरजिंदर सिंह दे नाल भी गलबात की गई है। ब्यूरो रिपोर्ट अज दी आवाज़। ਪਾਵਰ ਕੌਮ ਦਾ ਨਗਰ ਕੌਂਸਲ ਦੇ ਰੋਜ਼ ਜਿਹੜਾ ਕਿੰਨਾ ਕੁ ਬਿੱਲ ਸੀ ਕਿੰਨਾ ਭਰਦਾ ਅਤੇ ਐਸ ਟੀ ਟ੍ਰੀਟਮੈਂਟ ਪਲਾਂਟ ਦਾ ਕਿੰਨਾ ਬਕਾਇਆ ਰਹਿ ਗਿਆ? ਐਸ ਟੀ ਪੀ ਦਾ ਕਾਫੀ ਬਿੱਲ ਪੈਂਡਿੰਗ ਖੜਾ ਹੈ, ਅਬਾਊਟ 5 ਕਰੋੜ ਜੋ ਦੱਸਿਆ ਉਹਨਾਂ ਨੇ ਪੀ ਐਸ ਪੀ ਸੀ ਐਲ ਨੇ, ਉਹ ਬਿੱਲ ਅਸੀਂ ਜਿਹੜੀ ਵਕਟਰਾਈ ਆ ਉਹ 'ਤੇ ਐਡਜਸਟ ਕਰਾ ਰਹੇ ਹਾਂ, ਪਰ ਕਾਫੀ ਪੈਸੇ ਖੜੇ ਨੇ ਉਹਦੇ। ਬਾਕੀ ਸਾਡੇ ਜੋ ਬਿੱਲ ਸੀਗੇ ਉਹ ਅਸੀਂ ਪੇ ਕਰਤੇ ਆਲਮੋਸਟ। ਮਿਊਂਸਪੈਲਿਟੀ ਦਾ ਕਲੀਅਰ ਹੋ ਗਿਆ? ਹਾਂ, ਕਲੀਅਰ ਹੋ ਗਿਆ। ਸਟਰੀਟ ਲਾਈਟ ਦੇ ਵੀ ਥੋੜੇ ਪੈਂਡਿੰਗ ਹੈਗੇ ਆ, ਐਡਜਸਟ ਕਰਾ ਰਹੇ ਆ ਆਫਟਰਾਈ ਚ ਅਸੀਂ। ਤੇ ਕਿੰਨੇ ਟਾਈਮ ਦਾ ਪੈਂਡਿੰਗ ਹੈ ਟ੍ਰੀਟਮੈਂਟ ਪਲਾਂਟ ਦਾ ਸਰ? ਕਾਫੀ 10-12 ਸਾਲ ਤੋਂ ਬਸ ਸਮੇਂ ਦਾ ਹੀ ਪੈਂਡਿੰਗ ਹੈ ਜੀ। ਕੋਈ ਪ੍ਰੋਬਲਮ ਨਾਲ ਰਿਕਵਰੀ ਨਹੀਂ ਹੈ? ਕੀ ਦਿੱਕਤ ਹੈ? ਨਹੀਂ, ਉਹਦੇ ਕਾਸਟ ਜ਼ਿਆਦਾ, ਕਾਫੀ ਦੇਰ ਦਾ ਖੜਾ ਪੈਸੇ ਮੇਰੇ ਤੋਂ ਕਮੇਟੀ ਕੋਲ, ਜਿਹੜਾ ਜੀ ਐਸ ਟੀ ਆਉਂਦਾ ਜਾਂ ਹੋਰ ਉਹ ਘੱਟ ਹੈ, ਉਹ ਘੱਟ ਗਿਆ, ਜਿਸ ਕਰਕੇ ਸਾਡੇ ਤਨਖਾਹਾਂ ਦੇ ਪੈਸੇ ਹੋਰ ਡਿਵੈਲਪਮੈਂਟ ਦੇ ਕੰਮਾਂ 'ਚ ਲੱਗੇ ਆ, ਉਹ ਪੈਸੇ ਨਹੀਂ ਦਿੱਤੇ ਜਾ ਸਕੇ, ਪੁਰਾਣੇ ਟਾਈਮ 'ਤੇ ਘੱਟ ਦਿੱਤੇ ਨੇ। ਠੀਕ ਹੈ ਸਰ, ਥੈਂਕ ਯੂ। ਸਰ, ਜਿਵੇਂ ਕਿ ਨਗਰ ਨਿਗਮ ਆ ਜੀ, ਇਹਨਾਂ ਦਾ ਟ੍ਰੀਟਮੈਂਟ ਪਲਾਂਟ ਦਾ ਜੀ ਲਗਭਗ 6 ਕਰੋੜ ਪਲੱਸ ਦੇ ਕਰੀਬ ਅਮਾਊਂਟ ਖੜੀ ਆ ਜੀ ਬਿਜਲੀ ਆਪਣਾ ਬਿੱਲ ਵਗੈਰਾ ਦੀ ਜੀ, ਅਤੇ ਜਿਹਦੇ ਵਿੱਚੋਂ ਨਗਰ ਨਿਗਮ ਆਫਿਸ ਦਾ 6 ਲੱਖ ਦੇ ਕਰੀਬ ਅਮਾਊਂਟ ਸੀ ਜੋ ਕਿ ਅੱਜ ਉਹਨਾਂ ਨੇ ਭਰ ਦਿੱਤੀ ਆ ਜੀ। ਅਤੇ ਇਸਦੇ ਨਾਲ ਹੀ ਸਿਵਲ ਹੋਸਪਿਟਲ ਆਪਣਾ ਸਮਾਣਾ ਜੀ, ਇਹਨਾਂ ਦਾ ਵੀ 1 ਕਰੋੜ 25 ਲੱਖ ਪਲੱਸ ਹੀ ਆ ਜੀ, ਅਤੇ ਉਹਨਾਂ ਰਿਗਾਰਡਿੰਗ ਵੀ ਉਹਨਾਂ ਨੂੰ ਐਸ ਐਮ ਓ ਮੈਮ ਨੂੰ ਮਿਲੇ ਆ ਜੀ, ਅਤੇ ਉਹਨਾਂ ਨੂੰ ਵੀ ਬਿੱਲ ਭਰਨ ਦੇ ਲਈ ਬੇਨਤੀ ਕੀਤੀ ਹੋਈ ਆ ਜੀ, ਅਤੇ ਉਸਦੇ ਰਿਗਾਰਡਿੰਗ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਹੈ ਕਿ ਉੱਪਰ ਉਹਨਾਂ ਦਾ ਬਜਟ ਨਹੀਂ ਹੈਗਾ ਨਾ, ਵੀ ਉੱਪਰ ਉਹ ਗੱਲ ਕਰਨਗੇ ਆਪਣਾ ਹਰ ਅਥਾਰਟੀ ਨਾਲ, ਅਤੇ ਜਲਦੀ ਤੋਂ ਜਲਦੀ ਬਿੱਲ ਨੂੰ ਭਰਨ ਦੀ ਕੋਸ਼ਿਸ਼ ਕਰਨਗੇ ਜੀ। ਉਹਨਾਂ ਨੂੰ ਹਫ਼ਤੇ ਦਾ ਦਿੱਤਾ ਜੀ, ਕਿਉਂਕਿ ਆਪਾਂ ਨੇ ਪਬਲਿਕ ਨੂੰ ਵੀ ਦੇਖਣਾ ਹੈ ਜੀ, ਕਿਉਂਕਿ ਪਬਲਿਕ ਸੈਕਟਰ ਨੇ ਸਾਰੇ ਪਬਲਿਕ ਦਾ ਮਤਲਬ ਪਬਲਿਕ ਦੇ ਨਾਲ ਰਿਲੇਟਡ ਨੇ ਜੀ, ਤਾਂ ਉਹਨਾਂ ਨੂੰ 10 ਤੋਂ 15 ਦਿਨ ਦਾ ਟਾਈਮ ਦਿੱਤਾ ਜੀ। ਟੋਟਲ ਸਮਾਨਾ ਦਾ ਕਿੰਨਾ ਕੁ ਬਕਾਇਆ ਹੋਣਾ ਮਹਿਕਮੇ ਦਾ? ਮਹਿਕਮੇ ਦਾ 28 ਕਰੋੜ ਦੇ ਕਰੀਬ ਹੈਗਾ ਜੀ। ਹੋਰ ਸਰ, ਫਿਲਹਾਲ ਤਾਂ 2 ਹੀ ਨੇ ਜੀ, ਨਗਰ ਨਿਗਮ ਅਤੇ ਸਮਾਣਾ ਜੀ, ਬਾਕੀ ਜੋ ਵੀ ਹੋਣਗੇ ਉਹ ਤੁਹਾਨੂੰ ਦੱਸ ਦੇਵਾਂਗੇ ਜੀ। ਕੋਈ ਪ੍ਰਾਈਵੇਟ ਵਪਾਰੀ ਦੀ ਮੰਨ ਲਓ ਇੰਡਸਟਰੀ? ਜੀ ਸਰ, ਇੰਡਸਟਰੀ ਹੈਗੀ ਹੈ ਜੀ, ਇੰਡਸਟਰੀ, ਹਾਂਜੀ ਹਾਂਜੀ ਸਰ, ਇੰਡਸਟਰੀ ਦਾ ਕਾਫੀ ਹੱਦ ਤੱਕ ਨੇ ਰਿਕਵਰ ਕਰ ਲਿਆ ਜੀ, ਅਤੇ ਬਾਕੀ ਜੋ ਵੀ ਹੈ ਆ ਜੀ ਉਹ ਅੱਗੇ ਰਿਕਵਰ ਕਰ ਰਹੇ ਜੀ। ਸਰ 28 ਕਰੋੜ ਦੇ ਵਿੱਚੋਂ ਸਰ ਲਗਭਗ 5 ਤੋਂ 6 ਕਰੋੜ ਰੁਪਇਆ ਰਿਕਵਰ ਹੋ ਗਿਆ, ਹੋ ਚੁੱਕਾ ਹੋਏਗਾ ਜੀ, ਬਾਕੀ ਹੋ ਰਿਹਾ ਜੀ, ਜਲਦੀ ਹੋ ਜਾਏਗਾ ਜੀ।